بسم اللہ الرحمن الرحیم السلام علیکم اج ਅਸੀਂ ਗੱਲ ਕਰਨੇ ਆ ਸਟਰਾਬਰੀ ਦੇ ਬਾਰੇ ਦੇ ਵਿੱਚ ਇਹਦੇ ਲੰਮਾ ਮੌਸਮ ਕੀ ਹੈ ਕਿਸ ਤਰ੍ਹਾਂ ਇਹਦੀ ਕਾਸ਼ਤ ਇਹਦੇ 마शाल्लाह ਬੜੇ ਪੈਸੇ ਬੰਦੇ ਨੇ اور ਇਹਦੀ ਮਿਹਨਤ ਹੀ ਬਹੁਤ ਜ਼ਿਆਦਾ ਹੈ ਤੇ ਜ਼ਾਹਰੀ ਬਾਤ ਹੈ ਜਿਹੜਾ ਬੰਦਾ ਇਸ ਚੀਜ਼ ਨੂੰ ਜਾਣਦਾ ਹੋਵੇ ਉਹ ਇਹ ਤੋਂ ਜ਼ਿਆਦਾ ਜਾਣਕਾਰੀ ਮਿਲਦੀ ਹੈ ਭਾਈ ਸੁਜਾਦ ਨੇ ਇਹਨਾਂ ਨੂੰ ਪੁੱਛਨੇ ਇਹਨਾਂ ਦਾ ਬਹੁਤ ਅੱਛਾ ਤਜਰਬਾ ਹੈ ਕਈਆਂ ਸਾਲਾਂ ਤੋਂ ਸਟਰਾਬਰੀ ਦਾ ਕੰਮ ਕਰਦੇ ਨੇ ਪੇ ਇਨਾ ਕੋ ਮਾਲੂਮਾਤ ਲੈਣੇ ਆ ਇਹਨਾਂ ਖੇਲਾਂ ਪਾਈਆਂ ਨੇ ਇਹ ਛਾਪਰਕਸ਼ਤ ਪਾਉਂਦੇ ਨੇ ਕਿ ਵਜਾ ਇਹਦੀ ਔਰ ਇਹਦਾ ਲਗਾਉਣ ਦਾ ਤਰੀਕਾ ਕੀ ਔਰ ਕਿਹੜਾ ਮੌਸਮ ਹੈ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਬਾਜ ਕੀ ਹਾਲ ਹੈ ਠੀਕ ਠਾਕ ਸ਼ੁਕਰ ਅੱਲਾਹ ਦਾ ਆਪਣਾ ਨਾਮ ਫੇਰ ਇੱਕ ਵਾਰੀ ਦੱਸ ਦਿਓ ਮੁਹੰਮਦ ਸجاد ਭਾਈ ਸجاد ਭਾਈ ਸجاد ਵਾਲਿਆਂ ਖੇਲਾਂ ਪਾਈਆਂ ਨੇ ਇਹ ਕੀ ਕਰਨ ਲੱਗੇ ਕਿਹੜੀ ਚੀਜ਼ ਲਾਣ ਲੱਗੇ ਇੱਥੇ ਇਹ ਸਟਰਾਬਰੀ ਦੀ ਫਸਲ ਲਗਾ ਲਗੇ ਹੀਟ ਹੋ ਗਿਆ ਸਟਰਾਬਰੀ ਜੜੀ ਉਹ ਸਿੱਧੀ ਜਗ੍ਹਾ ਤੇ ਨਹੀਂ ਲੱਗਦੀ ਇਹ ਖੇਲਾਂ ਇਹਦੀਆਂ ਕਿਉਂ ਕੱਢਦੇ ਨੇ ਖੇਲਾਂ ਹੀ ਲੱਗਦੀ ਜੇ ਸਿੱਧੀ ਸਿੱਧੀ ਜਗ੍ਹਾ 'ਚ ਲਗਾਈਏ ਤਾਂ ਸਾਰੀ ਗਲ ਜਾਈ ਉਹ ਤੇ ਪਾਣੀ ਜਿੱਦ ਲੱਗੇਗਾ ਪਟਰੇ ਉੱਤੇ ਲੱਗਦੀ ਹੈ ਪਾਣੀ ਨੂੰ ਮੈਂ ਤੁਸੀਂ ਕਹਿੰਦੇ ਹੋਏ ਬਰਦਾਸ਼ਤ ਨਹੀਂ ਕਰਦੇ ਜੇ ਪਾਣੀ ਨੂੰ ਬਰਦਾਸ਼ਤ ਨਹੀਂ ਕਰਦੇ ਉਹਦੀ ਜਿਹੜੀ ਸਟਰਾਬਰੀ ਜਗ੍ਹਾ ਪਾਣੀ ਦੇ ਅੰਦਰ ਆਈਏਗੀ ਨਾ ਤਾਂ ਗਲ ਜਾਈ ਸਾਰੀ ਨਹੀਂ ਜਦੋਂ ਲੱਗੀ ਹੁੰਦੀ ਹੈ ਜਾਂ ਜਿਹੜਾ ਬੂਟਾ ਉਹ ਖਰਾਬ ਹੋ ਜਾਂਦਾ ਪਾਣੀ ਨਾਲ ਬੂਟਾ ਨਹੀਂ ਖਰਾਬ ਹੁੰਦਾ ਸਿਰਫ ਉਹ ਜਿਹੜਾ ਫਲ ਲੱਗਦਾ ਨਾ ਫਲ ਜੇਕਰ ਪਾਣੀ ਦੇ ਅੰਦਰ ਆਈਏਗਾ ਜਿਹੜਾ ਉਹ ਗਲ ਜਾਏਗਾ ਇਨੂੰ ਉਤਾਰਨਾ ਪੈਂਦਾ ਜੀ ਮੈਂ ਜੋ ਹੁੰਦਾ ਹੀ ਹੈ ਪਾਣੀ ਹੈ ਜਦੋਂ ਇਹਦੇ ਨਾਲ ਪਾਣੀ ਲੱਗੇਗਾ ਤੇ ਤੁਸੀਂ ਕਹਿੰਦੇ ਜਲਦੀ ਖਰਾਬ ਹੋ ਜਾਏਗਾ ਤੇ ਇਹਦੇ ਲਾਂ ਦਾ ਕੀ ਮੌਸਮ ਜੇ ਮੌਸਮ ਹੈ ਲਾਲੋ ਅਕਤੂਬਰ ਚਲੇ 10ਵੇਂ ਮਹੀਨੇ ਠੀਕ ਹੋ ਗਿਆ ਤੇ ਉਹਦੀਆਂ ਇਹ ਜਿਹੜੀਆਂ ਖੇਲਾਂ ਕੱਢਦੇ ਹੋ ਪਏ ਇਹ ਕਿੰਨੀਆਂ ਖੇਲਾਂ ਕਿਲੇ ਚ ਕੱਢਣੀਆਂ ਪੈਂਦੀਆਂ ਨੇ ਇਹ ਬਸ ਕੋਈ ਜ਼ਿਆਦਾ ਕਰਦਾ ਕੋਈ ਘਟ ਕਰਦਾ ਗਿਨੀਆਂ ਨਹੀਂ ਅਸੀਂ ਅਜੇ ਤੱਕ ਲੇਕਿਨ ਜੁਸਾਨੀ ਖੇਲਾ ਕੱਢੀ ਤਾਂ ਬਿਲਕੁਲ ਬੈਸਟ ਨੇ ਖੇਲਾ ਅੱਛੀ ਨੇ ਸਹੀ ਬਣ ਹਾਂ ਜੀ ਇਹਦੀ ਵੇਲ ਜਿਹੜੀ ਉਹ ਲੰਮੀ ਤੇ ਨਹੀਂ ਹੁੰਦੀ ਐ ਪਾਏ ਤੇ ਫਿਰ ਪਟੜਾ ਛੜਨਾ ਪੈਂਦਾ ਹਾਂਜੀ ਛੋਟੇ ਛੋਟੇ ਪ ਤੇ ਕਿਸ ਤਰ੍ਹਾਂ ਲਗਾਉਂਦੇ ਜਿਹੜਾ ਛਾਪਰ ਤੁਸੀਂ ਉੱਤੇ ਪਾਣਦੇ ਹੋ ਇਹਦਾ ਕੀ ਫਾਇਦਾ ਹੈ ਔਰ ਇਹ ਬੀਜ ਜਿਹੜਾ ਉਹ ਕਿਸ ਤਰ੍ਹਾਂ ਲੱਗੇਗਾ ਇਹ ਨਾ ਇਹਦੀ ਹੁੰਦੀ ਪਨੀਰੀ ਇਹ ਖੇਲਾ ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆਂਦੇ ਹੋਗਾ ਕਿ ਜਦੋਂ ਖੇਲਾ ਪਾ ਕੇ ਨਾ ਖਾਸ਼ਾ ਖਲਾਰ ਕੇ ਤੇ ਛਾਪਰ ਪਾਗੇ ਛਾਪਰ ਵਿੱਚ ਸਰਾਖ ਹੋਣਗੇ ਨਾ ਬਰਨ ਲਾ ਨਾ ਤੇ ਸਰਾਖਾਂ ਕੋਲ ਦੇ ਅੰਦਰ ਪਨੀਰੀ ਲੱਗੇ ਜਿਹਾ ਪਿਆਜ਼ ਦੀ ਪਨੀਰੀ ਲਗਾਨੇ ਨਾ ਐਸਾ ਪਨੀਰੀ ਲੱਗੇਗੀ ਨਾ ਦੋਵੇਂ ਸਾਈਡਾਂ ਤੇ ਨਹੀਂ ਹੁਣ ਜਿਹੜਾ ਤੁਸੀਂ ਪਟੜੇ ਪਾਏ ਨੇ ਖਾਦ ਥੱਲੇ ਪਾਛੜੀ ਕਿ ਪਾਣੀ ਵਾਲੇ ਨਹੀਂ ਪਾਛੜੀ ਖਾਦ ਅੱਛਾ ਖਾਦ ਪਾ ਕੇ ਬਾਜੀ ਪੜੜੇ ਪਾਏ ਨੇ ਤੇ ਪਨੀਰੀ ਜਿਹੜੀ ਆ ਉਹ ਆਪਣੀ ਲਈ ਤੁਸੀਂ ਕਿ ਲੈ ਕੇ ਆਉਣੇ ਕਿੱਥੋਂ ਪਨੀਰੀ ਆਪਣੀ ਵੀ ਇੱਥੇ ਇੱਕ ਹੁੰਦੀ ਆ ਉੱਥੋਂ ਆਉਂਦੀ ਆ ਸਵਾਦ ਤੋਂ ਆਉਂਦੀ ਆ ਦੀਰ ਤੋਂ ਇਹ ਸਵਾਦ ਤੋਂ ਤੇ ਉਹ ਕਿਸਰਾ ਹੁੰਦੀ ਆ ਟਰੇਮਾਂ ਚ ਕੋਈ ਸਿਸਟਮ ਹੁੰਦਾ ਨਹੀਂ ਨਹੀਂ ਆ ਉੱਥੇ ਨਾ ਜਿਸ ਤਰ੍ਹਾਂ ਸਾਡੀ ਜ਼ਮੀਨ ਹੈ ਨਾ ਐਸਾਂ ਛੋਟੇ ਛੋਟੇ ਉੱਥੇ ਖਤਿਆਨੇ ਪਹਾੜਾਂ ਚ ਨਾ ਜਿੰਨਾ ਉਚਾਈ ਦੇ ਪਹਾੜੋਂ ਕੋਈ ਨਹੀਂ ਜ਼ਿਆਦਾ ਉੱਥੋਂ ਦੀ ਬੈਸਟ ਪਨੀਰੀ ਹੋਏਗੀ ਨਾ ਤੇ ਉੱਥੋਂ ਫਿਰ ਪਨੀਰੀ ਮੰਗਵਾਈ ਦੀ ਹੈ ਨਾ ਆਰਡਰ ਤੇ ਨਾ ਇੱਧਰ ਆਪਣੇ ਕਾਮਯਾਬ ਨਹੀਂ ਹੁੰਦੇ ਨਹੀਂ ਨਹੀਂ ਜਿਸ ਟਾਈਮ ਤੇ ਇੱਥੇ ਉੱਥੇ ਪਨੀਰੀ ਹੁੰਦੀ ਆ ਉਸ ਟਾਈਮ ਇੱਥੇ ਬੋਜ਼ਾ ਗਰਮੀ ਹੁੰਦੀ ਗਰਮੀ ਚ ਨਹੀਂ ਹੁੰਦੀ ਹੈ ਪਨੀਰੀ ਨਾ ਠੀਕ ਹੋ ਗਿਆ ਸਾਡੇ ਇਸ ਤੋਂ ਪਿਛੇ ਜਿਹੜਾ ਮੌਸਮ ਨੰਗ ਚੁੱਕਿਆ ਉਹਦੇ ਚ ਕਹਿੰਦੇ ਟੈਂਪਰੇਚਰ ਜ਼ਿਆਦਾ ਸੀ ਬਹੁਤ ਜ਼ਿਆਦਾ ਗਰਮੀ ਹੈ ਤੇ ਠੰਡੇ ਲਾ ਕੇ ਮੰਨਦੇ ਆ ਠੰਡੇ ਲਾ ਕੇ ਮੰਨਦੇ ਜਿੰਨਾ ਉਚਾਈ ਦਾ ਇਲਾਕਾ ਹੈਗਾ ਨਾ ਠੰਡਾ ਉਨੀ ਜ਼ਿਆਦਾ ਅੱਛੀ ਪਨੀਰੀ ਹੋਏਗੀ ਤੇ ਉਹ ਉਸ ਤੋਂ ਕਿਸ ਤਰ੍ਹਾਂ ਬੂਟਿਆਂ ਦਾ ਹਿਸਾਬ ਹੁੰਦਾ ਕਿੱਲੇ ਦਾ ਹਿਸਾਬ ਹੁੰਦਾ ਬੂਟਿਆਂ ਦਾ ਹਿਸਾਬ ਹੁੰਦਾ ਇੱਕ ਬੂਟਾ ਪੌਣੇ 2 ਰੁਪਏ ਦਾ 2 ਰੁਪਏ ਦਾ 1.5 ਰੁਪਏ ਦਾ ਫਰਕੋ ਫਰਕੀ ਹੁੰਦੀ ਹੈ ਨਾ ਪਨੀਰੀ ਜਿੰਨੀ ਅੱਛੀ ਪਨੀਰੀ ਉਹਨਾਂ ਦਾ ਰੇਟ ਜ਼ਿਆਦਾ ਆਏਗਾ ਦਾ ਇਹਦੇ ਹਾਂ ਕਿਸਮ ਨੇ ਦੀ ਬੋਲ ਆਪਣੀ ਪਨੀਰੀ ਨਾ ਇੱਕ ਜੇ ਸਵਾਦੀ ਪਨੀਰੀ ਨਾ ਉਹ ਕਾਮਯਾਬ ਨਹੀਂ ਮੈਂ ਹੈ ਕਾ ਲੋ ਲੈ ਜਾਂਦੇ ਵੀ ਲਗਾਉਂਦੇ ਨੇ ਲੇਕਿਨ ਉਹਦਾ ਨਾ ਸੁਣਨ ਚ ਆਇਆ ਵੇਖਿਆ ਵੀ ਹੈ ਕਿ ਉਹਦੀ ਸਟਰਾਬਰੀ ਛੋਟੀ ਰਹਿੰਦੀ ਹੈ ਨਾ ਤੇ ਜਿਹੜੀ ਧੀਰ ਦੀ ਪਨੀਰੀ ਹੈ ਨਾ ਉਹਦੀ ਸਟਰਾਬਰੀ ਮੋਟੀ ਹੋਏਗੀ ਅੱਛੀ ਇਹ ਲੈਣਾ ਪੀ ਜਾਂਦੇ ਹੋ ਜਾਂ ਉਹ ਪਹਚਾਣਦੇ ਨੇ ਇੱਥੇ ਤੱਕ ਜਿਹਦੇ ਪਹਿਲੀ ਦਫਾ ਗਏ ਸੀ ਉਹਦੇ ਆਪੀ ਗਏ ਲੈਣ ਤੇ ਹੁਣ ਤੇ ਸਿਰੋ ਬੰਦੇ ਨਾਲ ਜਿਹੜਾ ਬੰਦਾ ਉੱਥੇ ਉਗਾਉਂਦਾ ਨਾ ਜਿਹੜਾ ਕਾਸ਼ਤ ਕਰਦਾ ਪਨੀਰੀ ਤੇ ਉਹਦੇ ਨਾਲ ਫੋਨ ਤੇ ਰਾਬਤਾ ਉਹਦੇ ਕੋਣੇ ਪੈਸੇ ਘੱਲ ਛੜੀ ਦੇਣ ਤੇ ਪੈਸੇ ਛੜਦਾ ਗੱਡੀ ਤੇ ਲਾਦੇ ਕੇ ਕੱਲ ਲੈਂਦੇ ਨੇ ਹਾਂਜੀ ਮਸਤੀ ਆਂਦੇ ਨੇ ਉੱਥੋਂ ਵਾਪਸੀ ਦੇ ਜਿਹੜਾ ਸਬਜ਼ੀ ਸਬਜ਼ੀ ਖੜਦੇ ਨੇ ਇਥੋਂ ਠੰਡੇ ਇਲਾਕੇ ਚ ਤੋਂ ਉੱਥੋਂ ਫਿਰ ਵਾਪਸੀ ਦੇ ਜਿਹੜਾ ਨਾ ਉਹ ਸਮਾਨ ਲੈ ਕੇ ਉਹ ਜੋ ਫਿਰ ਲਦਾ ਹੜਦੇ ਨੇ ਨਹੀਂ ਇਹਦੀਆਂ ਜਿਸ ਤਰ੍ਹਾਂ ਥੋਮਦਿਆਂ ਗੁੱਚੀਆਂ ਬੰਦਦੇ ਨੇ ਜਿਉਂ ਗੁੱਚੀਆਂ ਬੱਝੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਪਿਆਜ਼ ਦੀ ਗੁੱਚੀ ਹੁੰਦੀ ਹੈ ਨਾ ਉਸੇ ਗੁੱਚੀਆਂ ਹੁੰਦੀਆਂ ਨੇ ਤੇ ਬੋਰੀਆਂ ਦੀ ਪੈਕ ਹੁੰਦੀਆਂ ਨੇ ਮਤਲਬ ਤੋ ਜਿਸ ਤਰ੍ਹਾਂ ਮਰਜ਼ੀ ਹੋ ਖਰਾਬ ਨਹੀਂ ਹੁੰਦਾ ਉਹ ਪੌਦਾ ਨਾ ਸਮਝੋ ਕਿ ਉਹ ਇੱਕ ਸਾਹ ਤੋਂ ਬਿਲਕੁਲ ਪੱਤੇ ਪੱਤੇ ਉਹਦੇ ਸੁੱਕ ਜਾਂਦੇ ਨੇ ਮੁਕੰਮਲ ਸੁੱਕ ਜਾਂਦੇ ਟਾਣੀਆਂ ਸੁੱਕ ਜਾਂਦੀਆਂ ਉਹ ਜੜ ਆ ਇੱਥੇ ਆ ਕੇ ਜੜੇ ਕਾਮਯਾਬ ਹੈ ਤੇ ਉਹ ਕਿੰਨੇ ਕੁ ਤਕਰੀਬਨ ਬੂਟੇ ਕਿੱਲੇ ਚ ਲੱਗ ਜਾਂਦੇ ਹੈ ਕੁਐਸਟਿਮੈਂਟ ਹੈ ਵੇ ਤਕਰੀਬਨ 40 45 ਹਜ਼ਾਰ ਬੂਟੇ ਲੱਗਦੇ ਕਿੱਲੇ ਚ ਠੀਕ ਹੋ ਗਿਆ ਤੇ ਉਹ ਕਿੰਨੇ ਦਾ ਕਿੱਲੇ ਦਾ ਬੇਜ ਉਹ ਤਕਰੀਬਨ ਕਿੰਨੇ ਦਾ ਆਇਆ ਫਿਰ ਕਿਰਾਇਆ ਪਾੜਾ ਪਾ ਕੇ ਤਕਰੀਬਨ ਕੋਈ ਲੱਖ ਰੁਪਏ ਦਾ ਪੈ ਲੱਗੇ ਕਿੱਲੇ ਦਾ ਕਿੱਲੇ ਦਾ ਲੱਖ ਰੁਪਏ ਮਾਹੇ ਖਰਚਾ ਤੇ ਫਿਰ ਬੇਜ ਮਾਰੇ ਦਾ ਵੀ ਲੱਖ ਰੁਪਏ ਦੀ ਪਨੀਰੀ ਆਏ ਤੋਂ ਉਸ ਤੋਂ ਬਾਅਦ ਤੁਸੀਂ ਲਿਆ ਕੇ ਫਿਰ ਲਿਵਰ ਕੋਲ ਲਵਾਣਾ ਹਾਂਜੀ ਲਿਵਰ ਕੋਲ ਇਹ ਛਾਪਰ ਪਾ ਕੇ ਨਾ ਸਰਾ ਹਾਂਜੀ ਤੇ ਉਸ ਤੋਂ ਬਾਅਦ ਸੁਰਾਖ ਕਰਕੇ ਦੇ ਅੰਦਰ ਤੇ ਉਹ ਫਿਰ ਲਿਵਰ ਲ ਠੀਕ ਹੋ ਗਿਆ ਤਾਂ ਛਾਪਰ ਜਿਹੜਾ ਹੱਥ ਤੇ ਪਾ ਲਿਆ ਇਹਦਾ ਕੀ ਫਾਇਦਾ ਇਸਰਾਹ ਕਰਕੇ ਵਿੱਚ ਲੱਗੇ ਗਏ ਤੇ ਇਹਦਾ ਫਾਇਦਾ ਕੀ ਛਾਪਰ ਪਾਣ ਦਾ ਨਹੀਂ ਨਾ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਦੱਸਿਆ ਕਿ ਜਿਹੜੀ ਅਗਰ ਛਾਪਰ ਨਾ ਪਾਵਾਂਗੇ ਪਨੀਰੀ ਲਗਾਵਾਂਗੇ ਨਾ ਤੇ ਜਦੋਂ ਪਾਣੀ ਲੱਗੇਗਾ ਤੇ ਗਿੱਲੀ ਜ਼ਮੀਨ ਹੋਏਗੀ ਜ਼ਮੀਨ ਗਿੱਲੀ ਹੋਏਗੀ ਸਟਰਾਬਰੀ ਗਲੇਗੀ ਛਾਪਰ ਦੇ ਉੱਤੇ ਪਾਣੀ ਚੜਨਾ ਹੀ ਨਹੀਂ ਹੈ ਤੇ ਨਾਲ ਉਹਨੇ ਸੀਮਾ ਲੈਣਾ ਨਹੀਂ ਤੁਸੀਂ ਛਾਪਰ ਪਾਇਆ ਥੱਲੇ ਉਹ ਮਿੱਟੀ ਪੈ ਗਈ ਹੁਣ ਸਿਰਫ ਬੂਟੇ ਵਾਲ ਜਗ੍ਹਾ ਜਿਹੜੀ ਉਹਨੂੰ ਤੁਸੀਂ ਕਿੱਥੋਂ ਪਾਣੀ ਕਰਦਾ ਹੋਗਾ ਫਿਰ ਉਹ ਜਦੋਂ ਖੇਲਿਆਂ ਚ ਪਾਣੀ ਜਾਣਾ ਨਾ ਤੇ ਛਾਪੜ ਦੇ ذریعے ਨਾਲ ਸਿੰਮ ਸਿੰਮ ਕਰਾਉ ਉਤਾਂ ਪਾਣੀ ਚਲ ਜਾਂਦਾ ਸੀ ਅਮਰੇ ਜਿਵੇਂ ਤੁਸੀਂ ਜਾਂਦੇ ਹੋ ਹਰੇ ਚੜ ਕੇ ਤੇ ਉਹਦੇ ਜੜ ਜੜਨ ਅਸਰ ਹੋ ਜਾਣਾ ਹਾਂਜੀ ਤੇ ਇਹ ਕਿੰਨੇ ਵਾਰਦੀ ਹੁੰਦੀ ਫਸਲ ਤਕਰੀਬਨ ਹੈ ਤਿਆਰੀ ਤੋਂ ਬਾਅਦ 2 ਮਹੀਨੇ ਚੱਲਦੀ ਹੈ ਅਭੀ ਮਾਸ਼ਾਅੱਲਾ ਜਿਹੜੀ ਤਿਆਰ ਹੋਈ ਨਹੀਂ ਫਸਲ ਹੈ 2 ਮਹੀਨੇ ਤਕਰੀਬਨ ਅੱਛਾ ਤਾਂ ਮੈਂ ਉੱਤਰਦੀ ਰਹਿੰਦੀ ਜਿਸ ਟਾਈਮ ਤੁਹਾਨੂੰ ਬੂਟਾ ਲਾਣਾ ਹੈ ਉਹ ਫਲ ਲੱਗਣਾ ਕਿੰਨੇ ਦਿਨ ਬਾਅਦ ਸ਼ੁਰੂ ਹੋ ਜਾਂਦਾ ਹੈ ਉਹ ਤਕਰੀਬਨ ਕੋਈ 2 2.5 ਮਹੀਨੇ ਲੱਗ ਹੀ ਜਾਂਦੇ ਨੇ ਠੀਕ ਹੋ ਗਿਆ ਦੋ ਟਾਈਮ ਇਹ ਲੱਗ ਜਾਂਦੇ ਨੇ ਤੇ ਇਹ ਤੁਸੀਂ ਵੀ ਬੜਾ ਮਹਿੰਗਾ ਦੱਸਿਆ ਲੇਬਰ ਦਾ ਵੀ ਖਰਚਾ ਪਾਣਾ ਹੈ ਤੇ ਜ਼ਾਹਰ ਇਹਦਾ ਕਿੰਨਾ ਕੁ ਤਕਰੀਬਨ ਖਰਚਾ ਆਉਂਦਾ ਉਸ ਸਪਰੇਵਾਂ ਵੀ ਹੋਣੀਆਂ ਨੇ ਇਹ ਤਾਂ ਫਿਰ ਇਕੜ ਤੇ ਤਕਰੀਬਨ ਕਿਉਂ 3.5 ਲੱਖ ਰੁਪਏ ਖਰਚਾ ਆਇਆ ਕੀ ਇਕੜ ਤੇ ਆ ਤਿਆਰ ਹੋਣ ਤੱਕ ਜਾਂ ਅੰਡੇ ਤਾਂ ਕਰਦੇ ਤਿਆਰ ਹੋਣ ਤੱਕ ਹਾਂਜੀ ਠੀਕ ਹੋ ਗਿਆ ਤੇ ਇਹਨੂੰ ਹੋਰ ਬਿਮਾਰੀਆਂ ਵੀ ਕੋ ਅਟੈਕ ਕਰਦੀਆਂ ਨੇ ਬਿਮਾਰੀਆਂ ਜ਼ਿਆਦਾ ਇਹਨੂੰ ਐਡੀ ਅਟੈਕ ਨਹੀਂ ਕਰਦੀ ਸਿਰੇ ਇਹਨੂੰ ਸੁੰਡੀ ਸੰਡੀ ਦਾ ਮਸਲਾ ਆਉਂਦਾ ਹੈ ਜੜਾਂ ਦੇ ਪੈਂਦੇ ਕਿ ਉੱਤੇ ਪੱਤਰਾਂ ਨੂੰ ਤੇ ਸਟਰਾਬਰੀ ਨੂੰ ਜਦ ਤਿਆਰ ਹੁੰਦੀ ਹੈ ਸਟਰਾਬਰੀ ਉਦੋਂ ਪੈਂਦੀ ਹੈ ਜਾਂ ਮਾੜੀ-ਮੋਟੀ ਮੌਸਮੀ ਦੀਆਂ ਨਾਲ ਤੁਹਕ ਮਾੜੀ-ਮੋਟੀ ਢੋਣੀ-ਸੋਣੀ ਆ ਪੱਤੇ ਕੋਈ ਜੁਸਾਓ ਹੈਗਾ ਤੇ ਐਡੀ ਬਿਮਾਰੀ ਨਹੀਂ ਪੈਂਦੀ ਹੈ ਤੇ ਉਹ ਛੇਤੀ ਖਬਰ ਹੋ ਜਾਂਦੇ ਛੇਤੀ ਖਬਰ ਹੁੰਦੀਆਂ ਜੀ ਸੁੰਡੀ ਦੇ ਤੇ ਸੁੰਡੀ ਦੀ ਲਾ ਕੇ ਸਪਰੇਅ ਕਰੋ ਤੇ ਉਹ ਸੁੰਡੀ ਜਿਸ ਤੇ ਡਿਗਣੀ ਨਾ ਦੇਤੇ ਉਹਨੇ ਖੁਰਾਕ ਲੈਣਾ ਬੰਦ ਕਰ ਪੱਤੇ ਨੂੰ ਨੁਕਸਾਨ ਦੇਣਾ ਜਾਂ ਫਰੂਟ ਨੂੰ ਨੁਕਸਾਨ ਦੇਣਾ ਬੰਦ ਕਰ ਹਟ ਦਿਓ ਤੇ 72 ਘੰਟੇ ਦੇ ਅੰਦਰ ਮੁਕੰਮਲ ਸੁੰਡੀ ਮਰ ਜਾਂਦੀ ਹੈ ਤੇ ਅਗੋਂ ਤੇ 12 ਛੇਤੀ ਹੁੰਦੇ ਚਾਨਸ ਨਹੀਂ ਆਉਂਦੇ ਰਹਿੰਦੀ ਸੁੰਡੀ ਉਸ ਤੇ ਮੌਸਮ ਜਦੋਂ ਸੁੱਖਣਾ ਲੇਕਿਨ ਹਫਤੇ ਬਾਅਦ 7-10 ਦਿਨਾਂ ਬਾਅਦ ਸਪਰੇਅ ਕਰਦੇ ਰਹੋ ਫਿਰ ਬਿਹਤਰ ਰਹਿੰਦੀ ਆ ਤੁਸੀਂ ਜਾਂ ਚੈੱਕ ਕਰਦੇ ਰਹਿੰਦੇ ਫਿਰ ਜੋ ਤੁਹਾਨੂੰ ਲੈਸ਼ ਨਜ਼ਰ ਆਉਂਦੀ ਫਿਰ ਸਪਰੇਅ ਕਰਦੇ ਹੋ ਜੀ ਜੀ ਹਾਂਜੀ ਤੇ ਕਿਹੜੀ ਦਵਾਈ ਤੇ ਇਸਤੇਮਾਲ ਕਰਨੀ ਚਾਹੀਦੀ ਹੈ ਦਵਾਈ ਸੈਨਾ ਕਿ ਮਲਟੀਨੇਸ਼ਨਲ ਹੀ ਕਰਨੀ ਚਾਹੀਦੀ ਹੈ ਮਲਟੀਨੇਸ਼ਨਲ ਕੰਪਨੀ ਦੀ ਕੋਈ ਵੀ ਸੁੰਡੀ ਦੀ ਦਵਾਈ ਹੋ ਲਿਆਕ ਕਰ ਲੋ ਅੱਛੀ ਹੈ ਹਾਂ ਤੁਹਾਡੇ ਕਾਮਯਾਬ ਹੋ ਠੀਕ ਹੋ ਗਿਆ ਤੇ ਇਹਦਾ ਅੱਗੋਂ ਜਿਹੜਾ ਸਿਸਟਮ ਹੈ ਵੇਚਣ ਦਾ ਉਹਨੂੰ ਕਿਸ ਤਰ੍ਹਾਂ ਖੜਦੇ ਨੇ ਕਿਵੇਂ ਕਵਰ ਹੁੰਦੀ ਹੈ ਤੁਰਾਈ ਹੁੰਦੀ ਬੀਬੀਆਂ ਨੇ ਤੋੜਦੀਆਂ ਨੇ ਟੋਕਰੀਆਂ ਦੇ ਵਿੱਚ ਉਸ ਤੋਂ ਬਾਅਦ ਟੋਕਰੀ ਵਿੱਚ ਪੈਕ ਹੁੰਦਾ ਹੈ ਟੋਕਰੀ ਪੈਕ ਹੋ ਕੇ ਫਿਰ ਮੰਡੀ ਚਲ ਜਾਂਦੀ ਮੰਡੀ ਫਿਰ ਕਿਲੋਆਂ ਸਾਹਮਣੇ ਲੱਗਦੀ ਕਿੰਨਾ ਵਜ਼ਨ ਟੋਕਰੀ ਵਿੱਚ ਹੁੰਦਾ ਜਿਹੜਾ ਲਾਂਦੇ ਕੋਈ 5 ਕਿਲੋ ਦੀ ਟੋਕਰੀ ਭਰਦੇ ਨੇ ਕੋਈ 10 ਕਿਲੋ ਦੀ ਭਰਦੇ ਨੇ ਟੋਕਰੀ ਤੇ ਉਹ ਸਿੰਗਲ ਸਿੰਗਲ ਹੱਕੇ ਖੜਦੇ ਕਿ ਹੇਠ ਤੇ ਵੀ ਆ ਜਾਂਦੀ ਹੈ ਨਹੀਂ ਹੇਠੋਂ ਤੇ ਨਹੀਂ ਜਿੱਕਾ ਜਾਂਦੀ ਹੇਠੋਂ ਜਾ ਕੇ ਫਸ ਜੇਗੀ ਪਣੀ ਉਹ ਸਾਰੀ ਸਟਾਬਰੀ ਉਹਦਾ ਇੱਕ ਤਰੀਕਾ ਕਰ ਥੱਲੇ ਲਗਾ ਕੇ ਨਾ ਇੱਕ ਮੁਕੰਮਲ ਹੋ ਦੀ ਸਟਾਬਰੀਆਂ ਟੋਕਰੀਆਂ ਦੀ ਉਸ ਤੋਂ ਬਾਅਦ ਉੱਤੇ ਫਟੇ ਛੱਟ ਰੱਖ ਕੇ ਨਾ ਤੇ ਤੁਸੀਂ ਤੇ ਫਿਰ ਉਹਦੇ ਤੇ ਲਗਾਓ ਠੀਕ ਹੋ ਗਿਆ ਮੈਂ ਤਾਂ ਵਜ਼ਨ ਨਹੀਂ ਪਾਣਾ ਇੱਕ ਟੋਕਰੀ ਰੱਖੀ ਤੇ ਉੱਤੇ ਫਟਾ ਆਏਗਾ ਤੇ ਫਟੇ ਦੇ ਉੱਤੇ ਫਿਰ ਦੁਬਾਰਾ ਰੱਖੀ ਜਾਏਗੀ ਜਿਹੜੀ ਤੁਹਾਡੇ ਕੋਲ ਗੱਡੀ ਹੈ ਉਹਦੇ ਵਿੱਚ ਐਸਾ ਸਿਸਟਮ ਕਰੋ ਕਿ ਜਿਹੜੀ ਪਹਿਲੀ ਤੈਅ ਉੱਤੇ ਦੂਸਰੀ ਤੈਅ ਨਾ ਆਏ ਦੀ ਫਟੇ ਛੜੇ ਰੱਖੇ ਉਹਦੇ ਉੱਤੇ ਆਈਏ ਪਿਛਲੇ ਸਾਲ ਤੁਸੀਂ ਆਏ ਤਾਂ ਥੋੜੀ ਜਗ੍ਹਾ ਲਾਈ ਤੁਹਾਨੂੰ ਮਜ਼ਾ ਆਇਆ ਹਾਂਜੀ ਪਿਛਲੀ ਦਫਾ ਲਾਈ ਥੋੜੀ ਜੀ ਤੇ ਅੱਛੀ ਰਹੀ ਮਾਸ਼ਾਅੱਲਾ ਹਾਂਜੀ ਨਹੀਂ ਤਾਂ ਖਰਚਾ ਜਾ ਰਿਹਾ ਹੁਣ ਵੀ ਕਿੰਨਾ ਦੱਸਣ ਤੇ 3 ਲੱਖ ਦੇ ਲਗਭਗ 2.5 ਲੱਖ ਰੁਪਏ ਖਰਚਾ ਦੱਸਦੇ ਹੋ ਤੇ ਇਹਨਾਂ ਕਵਰ ਹੋ ਗਿਆ ਸੀ ਹਾਂਜੀ ਮਾਸ਼ਾਅੱਲਾ ਪ ਆ ਮਿਹਨਤ ਜ਼ਰੂਰ ਕੰਦੇ ਨੇ ਹੈ ਖਰਚਾ ਵੀ ਇਹਦਾ ਬੜਾ ਜਿਆ ਹੈ ਲੇਕਿਨ ਇਹਦੇ ਵੀ ਤਰੀਕੇ ਕੰਦੇ ਨੇ 2 ਮਹੀਨੇ ਤੱਕ 60 ਦਿਨ ਤੱਕ ਤਰੀਕਾਂ ਲੱਗਦੀਆਂ ਨੇ ਇਹਦੀਆਂ ਵੀ ਤੇ ਆਇਆ ਕਿ ਨੂੰ ਸਟਰਾਬਰੀ ਦੇ ਕੰਮ ਨੂੰ ਕਿਸ ਤਰ੍ਹਾਂ ਦਾ ਕੰਮ ਸਮਝਦਾ ਤੁਸੀਂ ਅੱਛਾ ਕੰਮ ਹੈ ਬਸ ਇਹਦੇ ਜੇ ਥੋੜੀ ਜੀ ਨਾ ਬਰੀਕੀ ਹੈ ਜਰਾ ਥੋੜੀ ਜੀ ਕਿ ਮਸਲੇ ਕਿ ਤੜਾਈ ਦੀ ਬੜੀ ਬਰੀਕੀ ਹੈ ਤੜਾਈ ਕਰਾਂ ਚ ਰ ਤੇ ਛੋਟੇ ਛੋਟੇ ਫਲ ਤੜਾਈ ਕਰਾਂ ਚ ਬੜਾ ਟਾਈਮ ਲੱਗਦਾ ਲੇਕਿਨ ਖਰਚਾ ਜ਼ਿਆਦਾ ਪੈਂਦਾ ਹੈ ਉਸ ਤੋਂ ਬਾਅਦ ਆਪਿਆਂ ਪਰ ਉਹਨਾਂ ਨੂੰ ਖ਼ਬਰ ਲਗਾਣੀ ਮੰਨ ਲੈ ਬੜਾ ਬਰੀਕੀ ਦਾ ਕੰਮ ਹੈ ਇਹ ਫਸਲ ਅੱਛੀ ਹੈ ਆਬਰੇ ਕਿਰਾ ਕੰਮ ਚਾਹੇ ਵੀ ਜ਼ਿਆਦਾ ਹੈ ਤੇ ਮੈਨੂੰ ਫਾਰਮ ਤੇ ਕੋਈ ਤੁਸੀਂ ਫਾਰਮ ਉਹਦੇ ਤੇ ਵੀ ਚੱਲਣਾ ਪੈਂਦਾ ਤੇ ਲੇਬਰ ਵੀ ਧਰੋੜਦੀ ਫਿਰ ਹਾਂ ਜਿਹੜੀ ਤੇ ਪੈਕ ਜਿਹੜਾ ਆਪਾਂ ਨਹੀਂ ਲੇਬਰ ਵੀ ਕਰਦੀ ਆਪੀ ਨਾਲ ਕੇ ਆਪੀ ਵੀ ਲੱਗੇ ਰਹਿਣੇ ਨਾਲ ਚੋਕਰੀ ਉੱਤੇ ਖਬਰ ਖਬੂਲ ਲਗਾਉਂਦੇ ਟੇਪਰ ਸ਼ੇਪ ਲਾਉਂਦੇ ਲੇਬਰ ਪੜਦੀ ਰੈਂਦੀ ਹੈ ਆਪੀ ਵੀ ਨਾਲ ਕਰਨਾ ਪੈਂਦਾ ਕੰਮ ਆ ਮਿਹਨਤ ਜ਼ਾਹਿਰ ਬਾਤ ਹੈ ਤੁਸੀਂ ਕੋਈ ਵੀ ਕਾਰੋਬਾਰ ਕਰਦੇ ਹੋ ਜ਼ਰੂਰੀ ਨਹੀਂ ਤੁਹਾਡਾ ਜਿੰਮੇਦਾਰੀ ਹੈ ਕਿਸੇ ਨੇ ਫਾਰਮ ਰੱਖਿਆ ਜਾਂ ਹੋਰ ਵੀ ਕੋਈ ਚੀਜ਼ ਹੈ ਜਦ ਤੱਕ ਤੁਸੀਂ ਉਹਦੇ ਉੱਤੇ ਆਪ ਹੀ ਨਹੀਂ ਨਾ ਹੁੰਦੇ ਉਹ ਕੰਮ ਨਹੀਂ ਹੁੰਦਾ ਨਹੀਂ ਕਾਮਯਾਬੀ ਨਹੀਂ ਹੁੰਦਾ ਉਹ ਇਹ ਚ ਲੇਬਰ ਉਹ ਜ਼ਿੰਮੇਵਾਰੀ ਨਾ ਨਹੀਂ ਕਰਦੀ ਹੈ ਆਪ ਹੀ ਹੋਗੇ ਆਪ ਹੀ ਉਸ ਨਾਲ ਲੱਗੋਗੇ ਮਾਰ ਮਾਰ ਹੱਥ ਪੱਲਾ ਲਾਓਗੇ ਤੇ ਉਹ ਲੇਬਰ ਵੀ ਸਾਥ ਹੋਏਗਾ ਬਈ ਮਾਲਕ ਖੁਦ ਲੱਗੇ ਨਾਲ ਨਾ ਹਾਂ ਨੇ ਤੇ ਅਗਰ ਮਲਾਜ਼ਮਾਂ ਦਾ ਛੱਡ ਦਿੰਨੇ ਉਹ ਕੀ ਪਤਾ ਕਿਤੇ ਮਿਸਟੇਕ ਕਰ ਜਾਂਦੇ ਨੇ ਤੇ ਉਹ ਨੁਕਸਾਨ ਕਿੰਨਾ ਹੁੰਦਾ ਅਕਸਰ ਆ ਜਾਂਦਾ ਮਾਲਕ ਨੂੰ ਫਿਰ ਵੀ ਬੜੀ ਸਮਝ ਹੁੰਦੀ ਹੈ ਕੰਮ ਦੀ ਨਾ ਉਹਨੂੰ ਆਪਣੇ ਕੰਮ ਦੀ ਫਿਕਰ ਹੁੰਦੀ ਹੈ ਉਹਨੂੰ ਸਮਝ ਆਉਂਦੀ ਕਿ ਮੈਂ ਇਹ ਤਰੀਕਾ ਮੈਂ ਜਿਹੜਾ ਕਿਸ ਤਰੀਕੇ ਨਾਲ ਕਰਨਾ ਹੈ ਮੁਲਾਜ਼ਮ ਨੂੰ ਤੇ ਤੂੰ ਜਿੰਨਾ ਕੋ ਤੁਹਾਨੂੰ ਦੱਸਣਾ ਉਹਨਾਂ ਨੂੰ ਕਰ ਲੈਣਾ ਆ ਨਾਲ ਜਿਹੜੇ ਬੰਦੇ ਨੇ ਪੈਸੇ ਲਾਏ ਹੁੰਦੇ ਨੇ ਦਰਦ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੁੰਦੇ ਆ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜ਼ਿੰਮੇਦਾਰਾਂ ਨੂੰ ਇਹ ਸਟਾਬਰੀ ਦੇ ਵੱਲੇ ਨਾਲ ਹਾਂਜੀ ਮੈਂ ਇਹ ਅਖਾਂਗਾ ਕਿ ਫਸਲ ਹੈ ਬੜੀ ਅੱਛੀ ਹੈ ਲਗਾਨੀ ਚਾਹੀਦੀ ਹੈ ਜੇ ਮਾਸ਼ਾਅੱਲਾ ਇਹ ਗੇੜ ਰੇਟ ਮਾਸ਼ਾਅੱਲਾ ਇਹ ਬਥੇਰੇ ਪੈਸੇ ਬੰਦੇ ਨੇ ਪਿਛਲੀ ਵਾਰ ਮੇਰੇ ਭਾਈ ਨੇ ਮਾਸ਼ਾਅੱਲਾ ਲਗਾਈ ਸੀ ਫਸਲ ਕਿਬਨ 3.5 ਦੇ ਨੇ ਇਕਰ ਤੇ ਉਹਨੇ ਤੇ ਉਹਨੇ ਤੇ ਮਾਸ਼ਾਅੱਲਾ 3.5 ਨਿਕੜ ਲਗਾਈ ਤੇ ਉਹਨੇ ਮਾਸ਼ਾਅੱਲਾ ਬੜੇ ਪੈਸੇ ਬਣੇ ਹਣੇ ਹਾਂਜੀ ਮੈਨਾਂ ਦੀ ਤੁਸੀਂ ਦੱਸ ਦੇਣਾ ਤੇ ਇਹ ਜਿਹੜਾ ਸਟਰਾਬਰੀ ਹੈ ਇਸ ਤੋਂ ਬਾਅਦ ਕਣਕ ਲੱਗ ਸਕਦੇ ਕਿ ਨਹੀਂ 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 ਕਣਕ ਨਹੀਂ ਇਸ ਤੋਂ ਬਾਅਦ ਮੂੰਗੀ ਲੱਗ ਗਈ ਸੀ ਮੈਨਾਂ ਲ ਇੱਕ ਫਸਲ ਤੁਹਾਨੂੰ ਜਿਹੜੀ ਆਪਣੀ ਮਿਸ ਕਰਨੀ ਹੈ ਜ਼ਿਆਦਾਤਰ ਜਿਹੜਾ ਲਾਜ਼ ਜੀਵਿੰਦਾਰ ਨੇ ਨਾ ਉਹ ਆਂਦੇ ਨੇ ਸਾਡੇ ਕਣਕ ਵੀ ਹੋ ਜਾਏ ਮੂੰਗੀ ਵੀ ਹੋਈਏ ਉਹਦੇ ਗੈਬ ਦੇ ਵਿੱਚ ਅਸੀਂ ਕੋਈ ਚੀਜ਼ ਲਾ ਲਈ ਐਸ ਤਰ੍ਹਾਂ ਦਾ ਕੋਈ ਸਿਸਟਮ ਲਾ ਬ ਜੀ ਇਹਦੇ ਜੇ ਨਹੀਂ ਹੁੰਦਾ ਵੇਖੋ ਮੂੰਗੀ ਵੱਡੀ ਹੈ ਨਾ ਉਹਨੇ ਸਟਰਾਬਰੀ ਲੱਗ ਗਈ ਹੈ ਫਸਲਾਂ ਤਾਂ ਫੇਰ ਵੀ ਦੋ ਹੋ ਗਈਆਂ ਅਗਰ ਤੁਸੀਂ ਸਟਰਾਬਰੀ ਨਾਲ ਆ ਤਿੰਨ ਘਰਾਂ ਦੇ ਕੋਸ਼ਿਸ਼ ਕਰਦੇ ਨੇ ਜੋ ਤਿੰਨ ਘਰ ਦੇ ਨੇ ਹੋ ਜਾਂਦੀਆਂ ਨੇ ਜਿਸ ਕੋ ਜਿਹੜੀ ਫਸਲ ਐਸੀ ਹੋਣੀ ਜਿਹੜੀ ਜਲਦੀ ਤਿਆਰ ਹੋਈਏ ਫਿਰ ਤੇ ਹੋ ਜਾਂਦੀ ਨੇ ਨਹੀਂ ਹੁਣ ਤੇ ਟੈਕਨੋਲੋਜੀ ਦੌਰ ਆ ਗਿਆ ਹਰ ਚੀਜ਼ ਜਿਹੜੀ ਟੈਕਨੀਕਲ ਹੋ ਗਈ ਕੋਈ ਸ਼ਾਪਰ ਆ ਗਿਆ ਜਾਂ ਸ਼ੈੱਡ ਕਰਦੇ ਨੇ ਕੋਸ਼ਿਸ਼ ਲੋਕਾਂ ਦੀ ਤਾਂ ਇਹ ਮੌਸਮੀ ਜਿਹੜੀਆਂ ਨੇ ਸਬਜ਼ੀਆਂ ਵੀ ਲੱਭ ਜਾਂਦੀਆਂ ਨੇ ਫਰੂਟ ਵੀ ਜਾਂਦੇ ਨੇ ਉਹ ਤੇ ਖਰਚਾ ਜ਼ਿਆਦਾ ਹੈ ਲੇਕਿਨ ਲੋਕੀ ਕਹਿੰਦੇ ਜ਼ਮੀਨ ਜਿਹੜੀ ਉਹ ਵੇਲੀ ਨਾ ਰਵੇ ਬਿਲਕੁਲ ਵੀ ਉਹ ਹੈ ਟੈਕਨੋਲੋਜੀ ਵਾਕਈ ਬੜੀ ਜੀ ਆ ਗਈ ਲੇਕਿਨ ਦੱਸਿਆ ਨਾ ਜੋ ਮੌਸਮ ਦੇ ਨਾਲ ਚੀਜ਼ ਹੁੰਦੀ ਹੈ ਨਾ ਉਹ ਬਿਗੈਰ ਮੌਸਮ ਨਾਲ ਕਰਦੇ ਤੇ ਹਨ ਲੋਕ ਲੇਕਿਨ ਉਹ ਮਜ਼ਾ ਨਹੀਂ ਆਉਂਦਾ ਹਾਂਜੀ ਵੇਖਾ ਹੈ ਸਬਜ਼ੀ ਵੀ ਤੁਸੀਂ ਬੇਮੌਸਮੀ ਲੈ ਆਓ ਜਾਂ ਫਰੂਟ ਲੈ ਆਓ ਤਾਂ ਉਹਦਾ ਟੇਸਟ ਜਿਹੜਾ ਨਾ ਆਮ ਸੀਜ਼ਨ ਵਰਗਾ ਨਹੀਂ ਹੁੰਦਾ ਨਹੀਂ ਹੁੰਦਾ ਹਾਂਜੀ ਮੌਸਮ ਦੀ ਚੀਜ਼ ਮੌਸਮ ਦੀ ਹੁੰਦੀ ਹੈ ਤੁਸੀਂ ਮੌਸਮ ਤੋਂ ਪਹਿਲਾਂ ਕੋਈ ਸ਼ੈ ਲਗਾਓਗੇ ਉਹਦੀ ਉਗੇਗੀ ਜਾਂ ਨਹੀਂ ਉਗੇਗੀ ਉਹਨੇ ਸਟਰਾਬਰੀ ਦਾ ਅਸਲ ਟਾਈਮ ਹੈ ਇਸ ਤੋਂ ਪਹਿਲਾਂ ਲੋਕ ਕੋਈ 15 20 ਦਿਨ ਪਹਿਲਾਂ ਲਗਾ ਲਗਾ ਚੁੱਕੀ ਹੈ ਸਟਰਾਬਰੀ ਲੇਕਿਨ ਹੋਗੇਗੀ ਅੱਦੇ ਮਰੇਗੀ ਉਹ ਗਰਮੀ ਆ ਤਾਂ ਜਿਸ ਤਰ੍ਹਾਂ ਤੁਸੀਂ ਬੀ ਬੱਸਣਦੇ ਹੋ ਅਗਰ ਉਹਨਾਂ ਦਾ ਬੀ ਡਬਲ ਪੈਸਿਆਂ ਦਾ ਪੈ ਗਿਆ ਤੇ ਉਹਨਾਂ ਨੇ ਪੈਸੇ ਕਿ ਕਮਾਣੇ ਨੇ ਫਿਰ ਹਾਂਜੀ ਹਾਂਜੀ ਇਹ ਜੋ ਫਸਲ ਦਾ ਜੋ ਅਸਲ ਟਾਈਮ ਹੈ ਨਾ ਉਸ ਟਾਈਮ ਲਗਾਣੀ ਚਾਹੀਦੀ ਹੈ ਉਹਨਾਂ ਦਾ ਲਾਂ ਦਾ ਮਤਲਬ ਤੇ ਇਹ ਨਹੀਂ ਕਿ ਇਤਰੇ ਟੁਰਾਂਗੇ ਤੇ ਸਾਡਾ ਰੇਟ ਜਿਹੜਾ ਉਹ ਲੋਕਾਂ ਨਾਲ ਜ਼ਿਆਦਾ ਲੱਗੇਗਾ ਹਾਂ ਲੇਕਿਨ ਉਹ ਕਿਹਦਾ ਨੁਕਸਾਨ ਵੀ ਹੋ ਜਾਂਦਾ ਇਸ ਤਰ੍ਹਾਂ ਨਾ ਇਸ ਤਰ੍ਹਾਂ ਨੁਕਸਾਨ ਵੀ ਹੁੰਦਾ ਜਿਦਾਂ ਚੱਲੋ ਮੌਸਮ ਦੇ ਨਾਲ ਚੱਲੋ ਜੋ ਲੋਕੀ ਕਰਦੇ ਨੇ ਪ ਉਸ ਇਸ ਤਰ੍ਹਾਂ ਨਾ ਚੱਲਣਾ ਚਾਹੀਦਾ ਹਾਂਜੀ ਐਸੇ ਹੀ ਹੋਣਾ ਚਾਹੀਦਾ ਬਹੁਤ ਸ਼ੁਕਰੀਆ ਭਾਈ ਇਸ ਜੀ ਆ ਤੁਹਾਂ ਵੀਡੀਓ ਵੇਖਣ ਦਾ ਬਹੁਤ ਸ਼ੁਕਰੀਆ। ਅਸਲਾਮੁਅਲੈਕੁਮ ਰahmatullahi ਵਬਰਕਾਤੁ।